कट्टर ईमानदारी के वादे दावे करने वाली आम आदमी पार्टी की सरकार दे विच 2 रुपए किलो वाली कणक दे विच हो गया है बड़ा कपड़ा। ਤੁਸੀਂ ਗੱਡੀ ਜਦੋਂ ਭਰਦੇ ਇੱਥੋਂ ਤੁਹਾਡਾ ਪਿੰਡਾ ਹੁੰਦਾ ਉੱਥੇ? ਹਾਂਜੀ ਹੁੰਦਾ ਜੀ। ਹੈ ਤੁਸੀਂ ਇੱਥੇ ਕੰਡਾ ਹੀ ਨਹੀਂ ਕਰਵਾਇਆ ਸਾਡੇ ਕੋਲੋਂ? ਹੈ ਜਗ ਦੇ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ। ਤੁਹਾਡੀ ਸਕਰੀਨ ਦੇ ਉੱਤੇ ਕੁਝ ਤਸਵੀਰਾਂ ਚੱਲਣਗੀਆਂ, ਕੁਝ ਵੀਡੀਓ ਚੱਲੇਗੀ ਜਿਸ ਦੇ ਵਿੱਚ ਤੁਸੀਂ ਤੱਥਾਂ ਨੂੰ ਵੇਖ ਕੇ, ਜਿਸ ਦੇ ਵਿੱਚ ਹੁੰਦੀਆਂ ਕਾਰਵਾਈਆਂ ਨੂੰ ਵੇਖ ਕੇ ਤੁਸੀਂ ਹੈਰਾਨ ਜ਼ਰੂਰ ਹੋ ਜਾਵੋਗੇ ਤੇ ਸ਼ੰਕਾ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਕੱਟੜ ਇਮਾਨਦਾਰੀ ਦੇ ਵਾਅਦੇ ਦਾਅਵਿਆਂ ਦੀ ਖੁੱਲ੍ਹਦੀ ਪੋਲ ਨੂੰ ਵੇਖ ਕੇ। ਇਸ ਨੂੰ ਸ਼ੰਕਾ ਵੀ ਜ਼ਾਹਰ ਕਹਿ ਸਕਦੇ ਹਾਂ, ਦੂਸਰੇ ਪਾਸੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵੀ ਕਹਿ ਸਕਦੇ ਹਾਂ। ਵੀਡੀਓ ਜਿਹੜੀ ਹੈ ਹੁਸ਼ਿਆਰਪੁਰ ਦੇ ਪਿੰਡ ਕੋਟਪਤੂਈ ਦੀ ਦੱਸੀ ਜਾ ਰਹੀ ਹੈ, ਜਿੱਥੇ 2 ਰੁਪਏ ਕਿਲੋ ਵਾਲੀ ਕਣਕ ਜਿਹੜੀ ਹੈ ਇੱਕ ਮੈਂਬਰ ਨੂੰ ਅਤੇ ਜਿਹੜੀ 30 ਕਿਲੋ ਕਣਕ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਵੱਡਾ ਘਪਲਾ ਨਿਕਲ ਕੇ ਸਾਹਮਣੇ ਆਇਆ ਹੈ। ਤਸਵੀਰਾਂ ਆਪ ਮੁਹਾਰੇ ਬੋਲਦੀਆਂ ਨੇ, ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਚੱਲਣਗੀਆਂ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੀ ਕਣਕ ਗੱਟਿਆਂ ਦੇ ਵਿੱਚ ਪਾ ਕੇ 30 ਕਿਲੋ ਇੱਕ ਪਰਸਨ ਨੂੰ ਦਿੱਤੀ ਜਾਂਦੀ ਹੈ, ਇੱਕ ਵਿਅਕਤੀ ਨੂੰ, ਇੱਕ ਮੈਂਬਰ ਨੂੰ ਘਰ ਦੇ ਵਿੱਚ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਵੱਡੀ ਘਪਲੇਬਾਜ਼ੀ ਹੋ ਰਹੀ ਹੈ। ਤੁਹਾਨੂੰ ਵੀਡੀਓ ਵੀ ਇਹ ਸਾਂਝੀ ਕਰਦੇ ਹਾਂ ਜਿਸ ਦੇ ਵਿੱਚ ਵਿਅਕਤੀ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਸਪਸ਼ਟ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਅਤੇ ਦੂਸਰੇ ਪਾਸੇ ਲਗਾਤਾਰ ਅਜਿਹੇ ਵਿਵਾਦ ਜਿਹੜੇ ਉੱਠਦੇ ਰਹਿੰਦੇ ਨੇ ਜਿਸ ਦੇ ਵਿੱਚ ਇਮਾਨਦਾਰੀ ਦੀਆਂ ਮਿਸਾਲਾਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਪਰ ਆਏ ਦਿਨ ਨਸ਼ਰ ਹੁੰਦੀਆਂ ਅਜਿਹੀਆਂ ਵੀਡੀਓਜ਼ ਜਿਹੜੀਆਂ ਨੇ, ਅਜਿਹੀਆਂ ਖਬਰਾਂ ਜਿਹੜੀਆਂ ਨੇ ਉਸ ਨੂੰ ਵੇਖ ਕੇ ਚਿੰਤਾ ਦਾ ਵਿਸ਼ਾ ਸਾਡੇ ਲਈ ਬਣਨਾ ਬਹੁਤ ਲਾਜ਼ਮੀ ਹੋ ਜਾਂਦਾ ਹੈ। ਇਹ ਜਿਹੜੀ ਵੀਡੀਓ ਹੈ ਕੋਟਪਤੂਈ ਦੀ ਹੈ, ਹੁਸ਼ਿਆਰਪੁਰ ਇਲਾਕੇ ਦੀ ਹੈ, ਜਿਸ ਦੇ ਵਿੱਚ ਗੱਟੇ ਦੇ ਵਿੱਚ 30 ਕਿਲੋ ਦਾਣੇ ਪਾਉਣ ਦੀ ਜਗ੍ਹਾ ਕਿਸੇ ਦੇ ਵਿੱਚ 27 ਕਿਲੋ ਨੇ, ਕਿਸੇ ਦੇ ਵਿੱਚ 28 ਕਿਲੋ ਨੇ। ਹਾਲਾਂਕਿ ਜਿੱਥੋਂ ਗੱਡੀ ਤੁਰਦੀ ਹੈ ਜਿਸ ਦੇ ਵਿੱਚ ਇਹ ਤਮਾਮ ਕਣਕ ਜਿਹੜੀ ਹੈ ਲੋਡ ਕਰਕੇ ਪਿੰਡ ਪਿੰਡ, ਸ਼ਹਿਰ ਸ਼ਹਿਰ, ਕਸਬੇ ਕਸਬੇ ਪਹੁੰਚਾਈ ਜਾਂਦੀ ਹੈ, ਉੱਥੇ ਇਸ ਦਾ ਕੰਡਾ ਹੁੰਦਾ ਹੈ। ਪਰ ਪਿੰਡਾਂ ਦੇ ਵਿੱਚ ਆ ਕੇ ਜਿੱਥੇ ਡੀਪੂ ਹੋਲਡਰ ਇਸ ਨੂੰ ਵੰਡਦੇ ਨੇ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਂਚ ਪੜਤਾਲ ਨਹੀਂ ਹੁੰਦੀ, ਜਿਸ ਦੇ ਉੱਪਰ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਕਿੰਤੂ ਕੀਤਾ ਗਿਆ ਵੀਡੀਓ ਬਣਾ ਕੇ ਨਸ਼ਰ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਜੰਗਲ ਦੀ ਅੱਗ ਵਾਂਗ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤੁਹਾਡੇ ਨਾਲ ਵੀ ਇਹ ਵੀਡੀਓ ਸਾਂਝੀ ਕਰਦੇ ਹਾਂ, ਕਮੈਂਟ ਬਾਕਸ ਦੇ ਵਿੱਚ ਇਸ ਦੇ ਬਾਰੇ ਰਾਏ, ਪ੍ਰਤੀਕਰਮ, ਟਿੱਪਣੀ ਜ਼ਰੂਰ ਕਰਨਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੀਐਮ ਮਾਨ ਤੱਕ ਜ਼ਰੂਰ ਪਹੁੰਚਾ ਦਿਓ ਕਿ ਇਸ ਦੇ ਬਾਰੇ ਜਾਣਕਾਰੀਆਂ ਹਾਸਲ ਕਰਕੇ ਉਹਨਾਂ ਦੇ ਵੱਲੋਂ ਪੁਖਤਾ ਕਦਮ ਚੁੱਕੇ ਜਾਣ ਅਤੇ ਕੱਟੜ ਇਮਾਨਦਾਰ ਸਰਕਾਰ ਜਿਹੜੀ ਹੈ ਆਪਣੇ ਆਪ ਨੂੰ ਕਹਾਉਣ ਵਾਲੀ ਉਹਨਾਂ ਦੇ ਵੱਲੋਂ ਥੋੜ੍ਹੀ ਬਹੁਤੀ ਹਿਲਜੁਲ ਕੀਤੀ ਜਾਵੇ ਜਿਸ ਦੇ ਨਾਲ ਲੋਕਾਂ ਦੇ ਨਾਲ ਐਡਾ ਵੱਡਾ ਹੁੰਦਾ ਧੋਖਾ ਅਤੇ ਘਪਲਾ ਜਿਹੜਾ ਹੈ ਉਸ ਦੇ ਉੱਪਰ ਪ੍ਰਤੀਬੰਧ ਲੱਗ ਸਕੇ। ਇੱਕ ਵਾਰ ਇਸ ਵੀਡੀਓ ਦੇ ਉੱਤੇ ਝਾਤ ਜ਼ਰੂਰ ਮਾਰ ਲੈਣਾ। ਗੱਡੀ ਜਦੋਂ ਭਰਦੇ ਇੱਥੋਂ ਤੁਹਾਡਾ ਕੰਡਾ ਹੁੰਦਾ ਉੱਥੇ? ਹਾਂਜੀ ਹੁੰਦਾ ਜੀ। ਹੈ ਤੁਸੀਂ ਇੱਥੇ ਕੰਡਾ ਹੀ ਨਹੀਂ ਕਰਵਾਇਆ ਤੁਹਾਡੇ ਕੋਲੋਂ? ਹੈ ਹਾਂਜੀ, ਆਹ ਦੇਖ ਲਓ ਜੀ, ਇਹ ਡਰਾਈਵਰ ਸਾਹਿਬ ਆ, ਉੱਥੋਂ ਕੰਡਾ ਇਹ ਕਰਵਾ ਕੇ ਲੈ ਕੇ ਆਏ ਆ ਅਤੇ ਇੱਥੇ ਡਿਪੂ ਵਾਲੇ ਨੇ ਇਹਦੇ ਇਹਨਾਂ ਦੇ ਕੋਲੋਂ ਕੋਈ ਕੰਡਾ ਨਹੀਂ ਕਰਵਾਇਆ ਅਤੇ ਜਿਸ ਤਰ੍ਹਾਂ ਦਾਣੇ ਪਿੱਛੋਂ ਆਏ ਆ ਅਤੇ ਉਸ ਤਰ੍ਹਾਂ ਹੀ ਇਹ ਚੁਕਾ ਰਹੇ ਆ ਅਤੇ ਹਰ ਬੋਰੇ ਦੇ ਵਿੱਚ ਕਿਸੇ ਦੇ ਵਿੱਚ 28 ਕਿਲੋ, ਕਿਸੇ ਦੇ ਵਿੱਚ 26 ਕਿਲੋ, ਕਿਸੇ 'ਚ 25 ਕਿਲੋ, ਇਸ ਤਰ੍ਹਾਂ ਬੋਰੇ ਸਾਰੇ ਘਟਿਆ ਅਤੇ ਇਹ ਠੱਗੀ ਥੋੜ੍ਹੀ ਚੱਲ ਰਹੀ ਆ ਪਿੰਡ ਕੋਟਪਤੂਈ ਦੇ ਵਿੱਚ। ਕਿਸੇ 'ਚ ਹੈਗੇ 26 ਕਿਲੋ, ਉਹਦਾ ਮੈਂ ਜਿੱਦਾਂ ਜੋ ਕੁਛ ਆਇਆ ਹੈ ਨਾ ਮੈਂ ਨਹੀਂ ਦੁਆ ਕਰਦਾ। ਠੀਕ ਆ, ਮਤਲਬ ਤੁਹਾਡਾ ਇਹਦੇ 'ਚ ਕੋਈ ਰੋਲ ਨਹੀਂ? ਹਾਂ ਸਾਡਾ ਕੋਈ ਰੋਲ, ਮੈਂ ਤੈਨੂੰ ਕਿਹਾ ਕਿ ਜੇ ਤੈਨੂੰ ਕੋਈ ਆਪਣਾ ਘੱਟ ਲੱਗਦਾ ਆਪ ਚੱਕ ਲਾ। ਨਹੀਂ ਮੈਂ ਉਹ ਮੈਂ ਹੁਣ ਹੁਸ਼ਿਆਰਪੁਰ ਗੱਲ ਕੀਤੀ ਸੀ, ਉਹਨੇ ਮੈਨੂੰ ਕਿਹਾ ਵੀ ਤੂੰ ਆਪਣਾ ਬੋਰੇ ਚੱਕ, ਤੂੰ ਤੋਲ, ਜੇ ਬੋਰੇ 'ਚ ਤੈਨੂੰ ਘੱਟ ਲੱਗਦੇ ਅਗਲੇ ਤੋਂ ਪੂਰੇ ਕਰਾ। ਹੁਣ ਤੁਸੀਂ ਇਹ ਗੱਲ ਮੈਨੂੰ ਕਹਿੰਦੇ ਵੀ ਤੁਹਾਡਾ ਇਹ 'ਚ ਕੋਈ ਰੋਲ ਨਹੀਂ? ਮੇਰਾ ਨਹੀਂ। ਤੇ ਜਿੱਦਾਂ ਤੁਸੀਂ ਤੁਹਾਨੂੰ ਆਏ ਆ ਬੋਰੇ ਤੁਸੀਂ ਉੱਦਾਂ ਹੀ ਗਾਹਾਂ ਦੇ ਰਹੇ ਆ। ਹਾਂ ਠੀਕ ਆ, ਮੰਨ ਲਓ ਤੋਲ ਕੇ ਨਹੀਂ ਦਿੰਦੇ ਤੁਸੀਂ, ਇਹ ਉਹੀ ਕਰਨਾ ਜੋ ਭਗਵੰਤ ਮਾਨ ਕਹਿੰਦਾ ਵੀ ਵੀਡੀਓ ਬਣਾ ਕੇ ਮੈਨੂੰ ਪਾਓ ਇਸ ਨੰਬਰ ਤੇ। ਹਾਂ ਬੇਟਾ ਤੇਰੇ ਕਿੰਨੇ ਆ? ਸੱਤ ਪਿੱਛੋਂ ਭਾਬੀ, ਪਤਾ ਕੀ ਹੁੰਦਾ ਪਿੱਛੋਂ ਮੈਂ ਗੱਡੀ ਚਲਾਉਣਾ ਖੁਦ, ਮੈਂ ਗੱਡੀ ਖੁਦ ਚਲਾਉਣਾ, ਪਿੱਛੋਂ ਕੰਡਾ ਪੂਰਾ ਆਉਂਦਾ ਪਿੱਛੋਂ, ਜੋ ਇਹ ਨੀ ਬਣਾ ਕੇ ਭੇਜਿਆ ਤੇ ਇੰਨੇ ਮੈਂਬਰ ਆ, ਇੰਨੇ ਦਾਣੇ ਬਣਦੇ ਆ, ਉਸ ਹਿਸਾਬ ਨਾਲ ਦਾਣੇ ਮੋਹਰੇ ਆਉਂਦੇ ਆ ਤੇ ਮਤਲਬ ਹੁਣ ਇੱਕ ਵਾਰ ਦੱਸ ਦਿਓ ਤੁਸੀਂ ਪੂਰੇ ਕਰਨੇ ਨੀ ਦਾਣੇ ਇਹ? ਮੈਂ ਤੈਨੂੰ ਤੇਰੇ ਸਾਹਮਣੇ 5 ਬੋਰੇ ਜੋਖ ਦਿੱਤੇ ਆ। ਹਾਂ ਅਜੇ ਇੱਥੇ ਤੇ 5 ਬੋਰਿਆਂ ਦੇ ਵਿੱਚ ਇੱਕ ਬੋਰਾ 30 ਕਿਲੋ ਦਾ ਨਿਕਲਿਆ, ਬਾਕੀ ਕਿਸੇ ਦੇ ਵਿੱਚ 26 ਕਿਲੋ ਆ, ਕਿਸੇ 'ਚ 28 ਕਿਲੋ ਆ, ਕਿਸੇ 'ਚ 28 ਕਿਲੋ 200 ਆ, 30 ਕਿਲੋ ਦੇ 4 ਬੋਰੇ ਹੈ ਨੀ ਵਿੱਚ। ਇਹਦਾ ਮਤਲਬ ਇਹ ਆ ਵੀ ਜਿੰਨੀ ਦੁਨੀਆਂ ਲੈ ਕੇ ਗਈ ਆ ਸਾਰਿਆਂ ਨੂੰ ਮੈਨੂੰ ਇਸੇ ਤਰ੍ਹਾਂ ਘੱਟੇ ਹੀ ਗਏ ਆ। ਮੈਂ ਤਾਂ ਉਹੀ ਕਹਿੰਦਾ ਸੀ ਵੀ ਵਿੱਚ 25-25 ਕਿਲੋ ਦੇ ਬੋਰੇ ਵੀ ਹੈਗੇ ਆ ਤਾਂ ਉਹੀ ਨਿਕਲੇ ਆ ਬੋਰੇ। ਆਹ ਦੇਖ ਲਓ ਜੀ, ਇਹ ਕਹਿੰਦੇ ਆ ਜੀ ਵੀ
मेनू ए बारे कुछ नहीं पता। ए डिपू होल्डर लखबीर सिंह कोटफतूई पिंड तो, हाँ ए हम निपटारा आप ही कर लियो, देख लियो।